ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਣੇ ਨਾਲ ਆ ਵੀਰਾ ਸਤਨਾਮ ਖੱਟੜਾ ਅਤੇ ਬਾਈ ਨੂੰ ਤੁਸੀਂ ਸਾਰੇ ਜਾਣੇ ਜਾਣਦੇ ਹੋ, ਕਿਸੇ ਇੰਟਰੋਡਕਸ਼ਨ ਦਾ ਮੁਹਤਾਜ ਨਹੀਂ ਵੀਰਾ। ਸੋ ਬਾਈ ਦੇ ਲਈ ਕੁਛ ਗੱਲਾਂ ਇੰਨਾ ਲਿਖੀਆਂ ਸੀ, ਤੁਸੀਂ ਸਾਰੇ ਜਾਣੇ ਸੁਣਿਓ ਅਤੇ ਦੱਸਿਓ ਤੁਹਾਨੂੰ ਕਿਵੇਂ ਲੱਗੀਆਂ। ਕਿ ਵਿਕਣ ਨਾ ਦਿੱਤਾ ਇਹ ਜ਼ਮੀਰ ਨੂੰ, ਸ਼ੇਰ ਸਾਂਭੀ ਫਿਰਦਾ ਇਹ ਸਰੀਰ ਨੂੰ, ਉਹ ਲਾੜ ਲਾਏ ਮਾਂ ਦਾ ਪੁੱਤ, ਰੱਜ ਕੇ ਜਵਾਨ, ਰੋਬ ਪੂਰਾ ਪਰ ਚਿਹਰੇ ਉੱਤੋਂ ਭੋਲਾ ਦਿਖਦਾ, ਉਹ ਰੋਬ ਪੂਰਾ ਪਰ ਚਿਹਰੇ ਉੱਤੋਂ ਭੋਲਾ ਦਿਖਦਾ, ਇਹ ਮਿਹਨਤਾਂ ਨੇ ਮਿਹਨਤਾਂ ਦਾ ਮੁੱਲ ਬੱਲਿਆ, ਗੱਲਾਂ ਨਹੀਂ ਉਹ ਤੇਰੇ ਯਾਰ ਦਾ ਏ ਡੌਲਾ ਦਿਖਦਾ, ਉਹ ਗੱਲਾਂ ਨਹੀਂ ਉਹ ਤੇਰੇ ਯਾਰ ਦਾ ਏ ਡੌਲਾ ਦਿਖਦਾ। ਕਿ ਅੱਜ ਮਹਿਫਲ ਐ ਲੱਗੀ ਸਾਰੇ ਯਾਰ ਨਾਲ ਬੈਠੇ, ਗੱਲ ਸਤਨਾਮ ਦੀ ਵਿੱਕੀ ਰੱਤੋਵਾਲ ਲਿਖਦਾ। ਗੱਲ ਇੱਦੋਂ ਅੱਗੇ ਕਰਦੇ ਹਾਂ ਇੱਕ ਥੋੜ੍ਹੀ ਜਿਹੀ, ਹੈ ਨਾ, ਜਿਹੜੇ ਬਾਬੇ ਕਹਿੰਦੇ ਆ ਨਾ ਕਿ ਤੁਸੀਂ ਸਪੀ ਰੋਡ ਨਾਲ ਤੁਸੀਂ ਐਵੇਂ ਡੌਲੇ ਬਣਾਈ ਫਿਰਦੇ ਹੋ, ਇਹ ਗੱਲਾਂ ਉਹ ਨਹੀਂ ਹੈਗੀਆਂ। ਕਿ ਇਹ ਸਾਲਾਂ ਦੀ ਇਹ ਖੇਡ ਇੱਕ ਦਿਨ 'ਚ ਨਹੀਂ ਬਣੇ, ਅਸੀਂ ਵਕਤ ਮੁਸੀਬਤ ਅੱਗੇ ਹਿੱਕ ਤਾਣ ਖੜੇ। ਰੱਬ ਲਿਖੀ ਬੈਠਾ ਖੇਡ, ਰੱਬ ਲਿਖੀ ਬੈਠਾ ਖੇਡ ਕਿੱਦਾਂ ਪ੍ਰਜੈਂਟ ਕਰਦਾ, ਉਹ ਲੋਹਾ ਚੁੰਮ ਕੇ ਮੈਂ ਹਿੱਕ ਨਾਲ ਲਾ ਲੈਂਦਾ ਅਤੇ ਤੂੰ ਪੁੱਤ ਘਰੇ ਬੈਠ ਕੇ ਕਮੈਂਟ ਕਰਦਾ।